ਹੈਲੋ ਫਰੈਂਡਸ ਵੈਲਕਮ ਟੂ ਥਿਸ ਐਜੂਕੇਸ਼ਨਲ ਚੈਨਲ ਜੀਕੇ ਗਨ ਵਿਦ ਗਾਈਡੈਂਸ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਜਿਹੜੀਆਂ ਨਵੀਆਂ ਰਿਕਰੂਟਮੈਂਟਸ ਆਈਆਂ ਹੈ ਜਿਹੜੀਆਂ ਕੀ ਹੈ ਰਿਕਰੂਟਮੈਂਟਸ ਆਫ ਵੇਰੀਅਸ ਮਾਸਟਰ ਕੈਡਰ ਪੋਸਟ 2022 ਜਿਹਦੇ ਵਿੱਚ ਕਾਫੀ ਸਾਰੀਆਂ ਡਿਫਰੈਂਟ ਸਬਜੈਕਟਸ ਵਾਸਤੇ ਪੋਸਟਾਂ ਕੱਢੀਆਂ ਗਈਆਂ ਹਨ ਤੇ ਆਪਾਂ ਉਹਦਾ ਸਰਕੂਲਰ ਦੇਖ ਲੈਣੇ ਆ। ਦੇਖੋ ਫਰੈਂਡਸ ਆਹ ਵਾਲੇ ਵੈਬਪੇਜ ਤੋਂ ਆਪਾਂ ਅਪਲਾਈ ਕਰ ਸਕਦੇ ਹਾਂ। ਜਿਨ੍ਹਾਂ ਨੇ ਪਹਿਲਾਂ ਰਜਿਸਟਰ ਕਰ ਲਿਆ ਹੈ ਉਹ ਇੱਥੋਂ ਲੌਗਇਨ ਕਰ ਸਕਦੇ ਹੈ। ਜਿਨ੍ਹਾਂ ਨੇ ਨਹੀਂ ਕੀਤਾ ਹੈ ਉਹ ਤੋਂ ਨਿਆ ਰਜਿਸਟ੍ਰੇਸ਼ਨ ਕਰਵਾ ਸਕਦੇ ਹੈ ਤੇ ਪੂਰੀ ਡਿਟੇਲ ਜਿਹੜੀ ਕਿ ਇਹਨਾਂ ਨੇ ਦਿੱਤੀ ਹੈ ਉਹ ਲੈਫਟ ਸਾਈਡ ਤੇ ਸਰਕੂਲਰ ਦਿੱਤਾ ਹੈ। ਐਡਵਰਟਾਈਜ਼ਮੈਂਟ ਫਾਰ ਮਾਸਟਰ ਕੈਡਰ 4161 ਪੋਸਟ ਵਾਸਤੇ ਉਹ ਆਪਾਂ ਦੇਖਦੇ ਆ। ਇਹ ਸਰਕੂਲਰ ਹੈ ਜਿਹੜਾ ਕਿ 18 ਪੇਜਾਂ ਦਾ ਹੈ ਤੇ ਜਿਹੜਾ ਤੁਸੀਂ ਕੀ ਸਾਰਾ ਥੋਰੋਲੀ ਪੜ੍ਹਨਾ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਇਨਫੋਰਮੇਸ਼ਨ ਮਿਸ ਨਹੀਂ ਹੋਣੀ ਚਾਹੀਦੀ ਇਹ ਪਬਲਿਸ਼ ਕੀਤਾ ਗਿਆ ਸੀ ਮਿਤੀ 8 1 2022 ਨੂੰ ਇਹਦੇ ਵਿੱਚ ਲਿਖਿਆ ਹੈ ਮਿਤੀ 16 12 2021 ਨੂੰ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਵਿਗਿਆਪਨ ਦੀ ਲਗਾਤਾਰਤਾ ਵਿੱਚ ਘਰ ਘਰ ਰੋਜ਼ਗਾਰ ਯੋਜਨਾ ਡਾਇਰੈਕਟੋਰੇਟ ਸਿੱਖਿਆ ਵਿਭਾਗ ਪੰਜਾਬ ਦੇ ਪੱਤਰ ਨੰਬਰ 333 ਮਿਤੀ 8 2022 ਅਹੀਂ ਸਕੂਲ ਸਿੱਖਿਆ ਵਿਭਾਗ ਦੀ ਮਾਸਟਰ ਕਾਰਡਰ ਬਾਰਡਰ ਏਰੀਆ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੈਕਲੌਗ ਅਤੇ ਨਵੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਵਾਸੋਂ ਵਿਭਾਗ ਦੀ ਵਿਭਾਗ ਦੀ ਵੈਬਸਾਈਟ ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 1/2/2022 ਤੱਕ ਕੀਤੀ ਜਾਂਦੀ ਹੈ ਇਹਨਾਂ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਸ਼ੋਧ ਉਪਰੰਤ ਹੇਠ ਲਿਖੇ ਅਨੁਸਾਰ ਹੈ ਅਸਾਮੀਆਂ ਦੀ ਵੰਡ ਸਭ ਤੋਂ ਪਹਿਲਾ ਹੈ ਮੈਥ ਸਬਜੈਕਟ ਜਿੱਦਿਆਂ ਟੋਟਲ ਪੋਸਟਾਂ ਇਹਨਾਂ ਨੇ 912 ਦਿੱਤੀਆਂ ਹਨ ਤੇ ਉਹਦੇ ਬਾਅਦ ਲਿਖਿਆ ਹੈ ਕਿ ਸ਼ੁੱਡ ਹੈਵ ਪਾਸਟ ਗ੍ਰੈਜੂਏਸ਼ਨ 45 ਮਾਰਕਸ ਤੇ ਉਹਦੇ ਵਿੱਚ ਲਿਖਿਆ ਹੈ ਕਿ ਜੇ ਤੁਸੀਂ ਸ਼ਡਿਊਲ ਕਾਸਟ ਜਾਂ ਐਸਟੀ ਐਸਸੀ ਜਿਹੜੀ ਵੀ ਰਿਜ਼ਰਵ ਕੈਟਾਗਰੀ ਦੇ ਵਿੱਚ ਅਪਲਾਈ ਕਰਦੇ ਹੋ ਤਾਂ 44 ਮਾਰਕਸ ਤੇ ਜੇ ਜਨਰਲ ਕੈਟਾਗਰੀ ਹੈ ਤਾਂ 45 ਮਾਰਕਸ ਇਨ ਗ੍ਰੈਜੂਏਸ਼ਨ ਤੇ ਉਹਦੇ ਵਿੱਚ ਲਿਖਿਆ ਹੈ ਇਹਨਾਂ ਨੇ ਬੀਐਡ ਕੀਤੀ ਹੋਣੀ ਚਾਹੀਦੀ ਹੈ ਤੇ ਜਿਹੜੀਆਂ ਕਿ ਮਿਨੀਮਮ ਐਲੀਜੀਬਿਲਟੀਜ਼ ਹੁੰਦੀਆਂ ਨੇ ਉਹਦੇ ਬਾਅਦ ਹੈ ਸਾਇੰਸ ਵਿਸ਼ਾ ਉਹਦੀਆਂ ਟੋਟਲ ਇਹਨਾਂ ਨੇ 859 ਪੋਸਟਾਂ ਦਿੱਤੀਆਂ ਨੇ ਉਹਦੇ ਵਿੱਚ ਵੀ ਸੇਮ ਹੈ ਕਿ ਬੀਐਸਸੀ ਵਿਦ 45 ਮਾਰਕਸ ਫॉर ਜਨਰਲ ਕੈਟਾਗਰੀ ਐਂਡ 40 ਮਾਰਕਸ ਵਿਦ ਰਿਜ਼ਰਵ ਕੈਟਾਗਰੀ ਉਹਦੇ ਬਾਅਦ ਇਹਨਾਂ ਨੇ ਬੀਐਡ ਲਿਖੀ ਹੈ ਔਰ ਸਾਇੰਸ ਮੈਡੀਕਲ ਦੀ ਸਾਰੀ ਡਿਟੇਲਸ ਦਿੱਤੀਆਂ ਹੈ ਉਸ ਤੋਂ ਬਾਅਦ ਹੈ ਹਿੰਦੀ ਸਬਜੈਕਟ ਜਿਹਦੀਆਂ ਟੋਟਲ ਪੋਸਟਾਂ 240 ਨੇ ਉਹਦੇ ਵਿੱਚ ਵੀ ਸੇਮ एलिजिਬਿਲਟੀ ਕ੍ਰਾਈਟੇਰੀਆ ਹੈ ਕਿ ਗ੍ਰੈਜੂਏਸ਼ਨ ਵਿੱਚ 45 ਮਾਰਕਸ ਤੇ 40% ਮਾਰਕਸ ਵੀ ਹੈ ਪੰਜਾਬੀ ਵਿਸ਼ੇ ਦੀਆਂ ਨੰਨ ਦਿੱਤੀਆਂ ਹੈ 534 ਪੋਸਟਾਂ ਉਹਦੇ ਲਈ ਵੀ ਸੇਮ एलिजिਬਿਲਟੀ ਹੈ ਫਿਰ ਸੋਸ਼ਲ ਸਾਇੰਸ ਦੀਆਂ ਨੇ ਟੋਟਲ ਪੋਸਟਾਂ 633 ਉਹਦੇ ਬਾਅਦ ਹੈ ਅੰਗਰੇਜ਼ੀ ਜਿਹਦੇ ਵਿੱਚ ਕੀ 790 ਪੋਸਟਾਂ ਨੇ ਸਭ ਦੀ ਤਕਰੀਬਨ ਜਿਹੜੀ एलिजिਬਿਲਿਟੀ ਹੈ ਇਹੀ ਰੱਖੀ ਗਈ ਹੈ ਕਿ ਜਿਹੜੀ ਗ੍ਰੈਜੂਏਸ਼ਨ ਹੈ ਉਹਦੇ ਵਿੱਚ 45% ਮਾਰਕਸ ਹੋਣੇ ਚਾਹੀਦੇ ਨੇ ਤੇ ਵਿਦ ਉਹਨਾਂ ਦੀ ਬੀਐਡ ਹੈ ਉਹ ਹੋਣੀ ਚਾਹੀਦੀ ਹੈ ਉਹਦੇ ਬਾਅਦ ਇਹਨਾਂ ਨੇ ਲਿਖਿਆ ਹੈ 뮤ਜ਼ਿਕ ਵਿਸ਼ੇ ਦੀ 20 ਬਰ ਇਹਨਾਂ ਨੇ ਪੋਸਟਾਂ ਕੱਢੀਆਂ ਨੇ ਜਿਹੜੀਆਂ ਕਿ 25 ਪੋਸਟਾਂ ਨੇ ਉਹਦੇ ਬਾਅਦ ਹੈ 뮤ਜ਼ਿਕ ਵਿਸ਼ੇ ਲਈ ਕੀ ਹੋਣਾ ਚਾਹੀਦਾ ਹੈ ਸ਼ੁੱਡ ਹੈਵ ਪਾਸਟ ਗ੍ਰੈਜੂਏਸ਼ਨ ਇਨ 뮤ਜ਼ਿਕ ਇਨਸਟਰੂਮੈਂਟਲ ਔਰ ਵੋਕਲ ਵਿਦ 55% ਮਾਰਕਸ ਇਹਨਾਂ ਨੇ ਲਿਖੇ ਨੇ ਗ੍ਰੈਜੂਏਸ਼ਨ ਲਈ ਉਹਦੇ ਵਿੱਚ ਬੀਐਡ ਕੀਤੀ ਹੋਣੀ ਚਾਹੀਦੀ ਹੈ 뮤직 ਵਿੱਚ ਉਸ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ 168 ਉਹਦੀਆਂ ਵੀ ਇਹਨਾਂ ਨੇ एलिजिबिलिटी ਦਿੱਤੀ ਹੈ ਵਿਦ 55% ਮਾਰਕਸ ਹੋਣੇ ਚਾਹੀਦੇ ਨੇ ਉਹਦੇ ਬਾਅਦ ਹੈ ਇਹਨਾਂ ਨੇ ਸਾਰੀ ਡਿਟੇਲਸ ਦਿੱਤੀਆਂ ਨੇ ਉਹਦੇ ਬਾਅਦ ਚੋਣ ਦਾ ਢੰਗ ਦਿੱਤਾ ਗਿਆ ਹੈ ਚੋਣ ਦਾ ਢੰਗ ਦੇ ਵਿੱਚ ਦਿਖਾਇਆ ਰਹਿਣ ਕਿ 150 ਅੰਕਾਂ ਦਾ ਇੱਕ ਟੈਸਟ ਹੋਏਗਾ ਜਿਹਦੇ ਵਿੱਚ ਉਹਨਾਂ ਦੇ पी टेट 2 ਦੇ ਨੰਬਰ ਮੈਰਿਟ ਵਿੱਚ ਨਹੀਂ ਜੋੜੇ ਜਾਣਗੇ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਕਿਉਂਕਿ ਇਹ ਕਾफी ਵਾਰ ਜੋੜੇ ਗਏ ਨੇ ਜਿਹਦੇ ਕਰਕੇ ਕਿ ਬੱਚਿਆਂ ਦਾ ਜਿਹੜਾ ਕਿ ਮੈਰਿਟ ਲਿਸਟ ਵਿੱਚ ਨਾਮ ਹੈ ਉਹ ਕਾफी ਪਿੱਛੇ ਚਲਾ ਜਾਂਦਾ ਹੈ ਕਿਉਂਕਿ ਉਹਨਾਂ ਦੇ 150 ਨੰਬਰਾਂ ਚੋਂ ਤਾਂ ਕਾफी ਅੱچھے ਮਾਰਕਸ ਆਉਂਦੇ ਨੇ ਲੇਕਿਨ ਪੀ ਟੈਟ ਕਰਕੇ ਉਹਨਾਂ ਦੇ ਜੋ ਨੰਬਰ ਹੈ ਉਹ ਪਿੱਛੇ ਚਲੇ ਜਾਂਦੇ ਨੇ ਤਾਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਕਿ ਇਹ ਨੰਬਰ ਨਹੀਂ ਜੋੜੇ ਜਾਣਗੇ ਸਿਰਫ ਜਿਹੜਾ 150 ਅੰਕਾਂ ਦਾ ਪੇਪਰ ਹੋਊਗਾ ਉਹਦੇ ਵਿੱਚੋਂ ਹੀ ਸਿਲੇਕਸ਼ਨ ਹੋਊਗੀ ਮੈਰਿਟ ਬੇਸ ਤੇ ਉਸ ਤੋਂ ਬਾਅਦ ਅਦਾਇਗੀ ਯੋਗ ਰਕਮ ਉਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਜਿਹੜੀ ਤਨਖਾਹ ਹੈ ਉਹ 35400 ਸਕੇਲ ਦੇ ਵਿੱਚ ਹੋਏਗੀ ਉਸ ਤੋਂ ਬਾਅਦ ਹੈ ਉਮਰ ਸੀਮਾ ਜਿਹੜੀ 1837 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਬਾਕੀ ਇਹਨਾਂ ਨੇ ਜਿਹੜੀ ਰਿਜ਼ਰਵ categories ਹੈ ਉਹਨਾਂ ਲਈ ਅਲੱਗ-ਅਲੱਗ ਏਜ ਰੱਖੀ ਹੈ ਤਾਂ ਕਰਕੇ ਜਿਹੜੇ ਵੀ ਤੁਸੀਂ category ਵਿੱਚ ਅਪਲਾਈ ਕਰਦੇ ਹੋ ਉਹਦੀ ਡਿਟੇਲ ਤੁਸੀਂ thoroughly please ਪੜ੍ਹ ਲੈਣਾ ਤਾਂ ਕਿ ਕੋਈ ਵੀ ਜ਼ਰੂਰੀ ਇਨਫਰਮੇਸ਼ਨ ਹੈ ਉਹ ਮਿਸ ਨਾ ਹੋਵੇ ਉਸ ਤੋਂ ਬਾਅਦ ਹੈ ਬਿਨੈ ਪੱਤਰ ਪ੍ਰੋਸੈਸਿੰਗ ਫੀਸ ਜਿਹੜੀ ਕਿ ਜਨਰਲ category ਲਈ ਹੈ 1000 ਰਿਜ਼ਰਵ category ਲਈ 500 ਤੇ ਸਾਬਕਾ ਸੈਨਿਕ ਲਈ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਹੈ ਆਮ ਸ਼ਰਤਾਂ ਨੇ ਬਾਕੀ ਜਿਹੜੀ ਹੋਰ ਸ਼ਰਤਾਂ ਹੁੰਦੀਆਂ ਨੇ ਵੈਬਸਾਈਟ ਤੇ ਅਪਲਾਈ ਕਰਨ ਲਈ ਉਹ ਸਾਰੀਆਂ ਦਿੱਤੀਆਂ ਹਨ ਤੇ ਉਸ ਤੋਂ ਬਾਅਦ ਅਪਲਾਈ ਕਰਨ ਦੀ ਵਿਧੀ ਦੱਸੀ ਹੈ ਜਿਦੇ ਵਿੱਚ ਲਿਖਿਆ ਹੈ ਕਿ ਇਸ ਵੈਬਸਾਈਟ ਤੋਂ ਇਹ ਦੀ ਜਿਹੜੀ ਵੈਬਸਾਈਟ ਹੈ এডੂਕੇਸ਼ਨ ਰਿਕਰੂਟਮੈਂਟ ਬੋਰਡ ਐਥੋਂ ਅਪਲਾਈ ਕਰਨਾ ਹੈ ਤੇ ਜਿਹਦੇ ਵਿੱਚੋਂ ਆਪਾਂ ਤੁਸੀਂ ਰਜਿਸਟ੍ਰੇਸ਼ਨ ਕਰवानी ਹੈ ਫੀਸ ਭਰਨੀ ਹੈ ਸਾਰੀ ਡਿਟੇਲੋ ਦੇ ਵਿੱਚ ਦਿੱਤੀ ਗਈ ਹੈ ਤਾਂ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਾਇਆ ਹੈ ਉਹ ਪਹਿਲਾਂ ਡਿਸਟ੍ਰੈਕਟ ਕਰਨਗੇ ਫਿਰ ਆਪਣਾ ਲੌਗਇਨ ਕਰਕੇ ਜਿਹੜੀ ਵੀ ਡਿਟੇਲ ਫਿਲ ਕਰਨੀ ਹੈ ਉਹ ਕਰਨਗੇ ਤਾਂ ਬਹੁਤ ਹੀ ਇੰਪੋਰਟੈਂਟ ਸਰਕੂਲਰ ਹੈ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਹੈ ਕਿ ਜ਼ਰੂਰੀ ਤਰੀਕਾ ਉਮੀਦਵਾਰ ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ 31 दो हज़ार बई शाम तक होगी बहुत ही जरूरी इन्फॉर्मेषन की जोड़ी दी आखिरी तारीख है वो ती एक दो हज़ार बई है तो वह तो पहला पहला ही आपने अप्लाई करना है फ्रेंड्स सारी इनफॉर्मेष उपलब्ध है मैं उम्मीद करती हाँ कि कोई भी जरूरी इनफोर्मेष मिस नहीं होएगी तो प्लीज़ ये सारा सर्कुलर थोरोली पढ़ना है तो मिलते हैं नैक्सट वीडियो एक नए टॉपिक टिल दैन कीप वॉचिंग कीप लर्निंग हैव वन नाइस डे